ਬਠਿੰਡਾ ਤੋਂ ਅੰਮ੍ਰਿਤਸਰ ਰੋਡ NH 54 ਫਰੀਦਕੋਟ ਤੋਂ ਜਸਟ 4 ਕਿਲੋਮੀਟਰ ਦੂਰੀ 'ਤੇ ਓਪਨ ਹੋ ਚੁੱਕਿਆ ਜੀ ਪੈਨੀਕਨ ਪਲਾਜ਼ਾ। ਮੇਨ ਗੇਟ ਤੋਂ ਇੰਟਰ ਕਰਦੇ ਸਮੇਂ ਸਾਹਮਣੇ KFC ਅਤੇ ਬਰਗਰ ਕਿੰਗ ਤੁਹਾਨੂੰ ਨਜ਼ਰ ਆਉਣਗੇ। ਅਗਰ ਤੁਸੀਂ ਵੈੱਜ ਜਾਂ ਨੌਨ ਵੈੱਜ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਦੋਨੋਂ ਪ੍ਰਕਾਰ ਦਾ ਫੂਡ ਇੱਥੇ ਆਸਾਨੀ ਨਾਲ ਮਿਲ ਜਾਏਗਾ। KFC ਦੇ ਇੱਕ ਸਾਈਡ 'ਤੇ ਸਾਹਮਣੇ ਬੱਚਿਆਂ ਦੇ ਲਈ ਕੋਈ ਝੂਲੇ ਲਗਾਏ ਗਏ ਹਨ, ਮਿੱਕੀ ਮਾਊਸ ਅਤੇ ਸਲਾਈਡ ਝੂਲੇ ਆ, ਜਿਸ 'ਤੇ ਐਂਟਰੀ ਫੀਸ ਇੱਥੇ ਪਰਚੀ ਲਿਖ ਲਈ ਹੈ 100 ਰੁਪਏ ਆ। ਇਸ ਦਾ ਕੰਮ ਅਜੇ ਚੱਲ ਰਿਹਾ, ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਹੋਰ ਜ਼ਿਆਦਾ ਡਿਵੈਲਪ ਕੀਤਾ ਜਾਏਗਾ। ਪੈਨੀਕਾ ਪਲਾਜ਼ਾ ਫਰੀਦਕੋਟ ਦੇ ਵਿੱਚ ਕਈ ਜਗ੍ਹਾ 'ਤੇ ਅਜੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਵਾ। ਸਾਰੇ ਬ੍ਰਾਂਡਸ ਦੇ ਸ਼ੋਰੂਮ ਆਪਣੇ ਆਪਣੇ ਹਿਸਾਬ ਨਾਲ ਸ਼ੋਰੂਮ ਦੀ ਕਸਟੋਮਾਈਜੇਸ਼ਨ ਕਰਵਾ ਰਹੇ ਨੇ। ਲਓ ਜੀ, ਮੈਂ ਆਪਣੇ ਦੋਸਤਾਂ ਦੇ ਨਾਲ ਆਇਆ ਇੱਥੇ। ਸਭ ਤੋਂ ਪਹਿਲਾਂ ਅਸੀਂ ਵਿਜ਼ਿਟ ਕਰਦੇ ਹਾਂ ਜੀ ਜੌਕੀ ਦੇ ਸ਼ੋਰੂਮ ਦੇ ਵਿੱਚ। ਮੇਰੇ ਦੋਸਤਾਂ ਨੇ ਇੱਥੇ ਕੋਈ ਸ਼ੋਪਿੰਗ ਕਰਨੀ ਆ, ਟੀ ਸ਼ਰਟਾਂ ਵੀ ਲੈਣੀਆਂ ਜੀ ਅਸੀਂ, ਅਤੇ ਵੀਡੀਓ ਕਰਤੀ ਹੈ ਸ਼ੁਰੂ। ਹੁਣ ਤੁਹਾਨੂੰ ਦਿਖਾਉਣੇ ਆ ਇਸ ਪੈਨੀਕਲ ਪਲਾਜ਼ਾ ਦੇ ਵਿੱਚ ਕੀ ਅਵੇਲੇਬਲ ਆ ਅਤੇ ਕਿਹੜਾ ਕਿਹੜਾ ਸਮਾਨ ਤੁਸੀਂ ਇੱਥੋਂ ਆਸਾਨੀ ਨਾਲ ਬਾਏ ਕਰ ਸਕਦੇ ਹੋ। ਸੋ ਦੋਸਤ ਮੇਰੇ ਸ਼ੋਪਿੰਗ ਕਰ ਰਹੇ ਆ ਜੀ, ਜੋ ਸਮਾਨ ਉਹਨਾਂ ਨੂੰ ਪਸੰਦ ਆ ਗਿਆ ਉਹ ਇੱਥੋਂ ਬਾਏ ਕਰਨਗੇ। ਉਸ ਤੋਂ ਬਾਅਦ ਅਸੀਂ ਤੁਹਾਨੂੰ ਬਾਹਰ ਦਾ ਦ੍ਰਿਸ਼ ਦਿਖਾਉਂਦੇ ਹਾਂ। ਸੋ ਬਾਹਰ ਜਿੱਥੋਂ ਤੱਕ ਤੁਹਾਡੀ ਨਜ਼ਰ ਜਾ ਰਹੀ ਹੈ ਸਾਰੀ ਕਾਰ ਪਾਰਕਿੰਗ ਆ, ਅਲੱਗ ਅਲੱਗ ਸ਼ੋਰੂਮ ਇੱਥੇ ਜਿਹੜੇ ਅਵੇਲੇਬਲ ਆ, ਕੁਛ ਓਪਨ ਹੋ ਰਹੇ ਆ ਜੀ, ਕੁਛ ਓਪਨ ਕਰ ਰਹੇ ਆ, ਕੰਪਨੀਆਂ ਆਪੋ ਆਪਣੇ ਹਿਸਾਬ ਦੇ ਨਾਲ ਸਾਰੀ ਸੈਟਿੰਗਸ ਕਰ ਰਹੀਆਂ। ਸੋ ਅਸੀਂ ਇਸ ਇੱਕ ਹੋਰ ਸ਼ੋਰੂਮ ਦੇ ਵਿੱਚ ਵਿਜ਼ਿਟ ਕੀਤਾ, ਇਸ ਦੇ ਬਾਹਰ ਅਜੇ ਕੋਈ ਬੋਰਡ ਤਾਂ ਨਹੀਂ ਲੱਗਾ। ਸੋ ਕਈ ਮਲਟੀ ਬ੍ਰਾਂਡ ਦੇ ਤੁਹਾਨੂੰ ਸ਼ੋਰੂਮ ਮਿਲ ਜਾਣਗੇ, ਜਿਸ ਤਰ੍ਹਾਂ ਇਹ ਆ ਜੀ, ਇੱਥੇ ਤੁਸੀਂ ਸ਼ੂਜ਼ ਔਰ ਕੱਪੜੇ ਦੀ ਵਰਾਇਟੀ ਨੂੰ ਇੱਕੋ ਸ਼ੋਰੂਮ ਦੇ ਵਿੱਚੋਂ ਬਾਏ ਕਰ ਸਕਦੇ ਹੋ। ਇਸ ਤੋਂ ਬਾਅਦ ਅਸੀਂ ਨੈਕਸਟ ਸ਼ੋਰੂਮ ਕੋਟਨ ਕਲੱਬ ਦੇ ਵਿੱਚ ਵਿਜ਼ਿਟ ਕੀਤਾ, ਇੱਥੇ ਤੁਹਾਨੂੰ ਕੱਪੜੇ ਦੀ ਬਹੁਤ ਸਾਰੀ ਵਰਾਇਟੀ ਦੇਖਣ ਨੂੰ ਮਿਲ ਜੂਗੀ। ਅਗਰ ਤੁਸੀਂ ਕੱਪੜਾ ਲੈਣ ਦੇ ਚਾਹਵਨ ਹੋ ਤਾਂ ਇੱਥੇ ਵੀ ਵਿਜ਼ਿਟ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਮਲਟੀ ਬ੍ਰਾਂਡ ਦਾ ਇੱਕੋ ਹੀ ਸ਼ੋਰੂਮ ਮਿਲ ਜੂਗਾ ਜੀ, ਜਿੱਥੇ ਤੁਸੀਂ ਇੱਕ ਹੀ ਦੁਕਾਨ ਤੋਂ, ਮਤਲਬ ਕਿ ਇੱਕ ਛੱਤ ਦੇ ਹੇਠਾਂ ਤੁਸੀਂ ਸਾਰੇ ਤਰ੍ਹਾਂ ਦੇ ਕੱਪੜੇ ਖਰੀਦ ਸਕਦੇ ਹੋ। ਚਾਹੇ ਤੁਸੀਂ ਬੱਚਿਆਂ ਦੇ ਲੈਣੇ ਆ, ਚਾਹੇ ਗਰਲਸ, ਜੈਂਟਸ, ਵੂਮੈਨ, ਮੈਨ, ਕਿਸੇ ਵੀ ਤਰ੍ਹਾਂ ਦਾ ਤੁਸੀਂ ਸ਼ੋਪਿੰਗ ਇੱਕੋ ਹੀ ਦੁਕਾਨ ਤੋਂ ਕਰ ਸਕਦੇ ਹੋ, ਜਿੱਥੇ ਤੁਹਾਨੂੰ ਰੇਟ ਵੀ ਕਾਫੀ ਫੇਅਰ ਪ੍ਰਾਈਜ਼ ਮਿਲ ਜੂਗਾ ਜੀ। ਸੋ ਅਲੱਗ ਅਲੱਗ ਤਰ੍ਹਾਂ ਦੀ ਕਲੈਕਸ਼ਨ ਇੱਥੇ ਅਵੇਲੇਬਲ ਆ, ਮੈਨਸ ਦਾ ਕਾਊਂਟਰ ਅਲੱਗ ਬਣਿਆ ਵਾ, ਗਰਲਸ ਦਾ ਅਲੱਗ ਕਾਊਂਟਰ ਬਣਿਆ ਵਾ, ਬੋਆਇਜ਼ ਦਾ ਕਾਊਂਟਰ ਅਲੱਗ ਬਣਿਆ ਵਾ, ਔਰ ਵੂਮੈਨ ਦਾ ਕਾਊਂਟਰ ਅਲੱਗ ਬਣਿਆ ਵਾ। ਸੋ ਤੁਸੀਂ ਜ਼ਰੂਰ ਆਓ, ਆਪਣੀ ਨੀਡ ਦੇ ਮੁਤਾਬਕ ਇੱਥੋਂ ਕੱਪੜੇ ਖਰੀਦ ਸਕਦੇ ਹੋ। ਜੋ ਤੁਸੀਂ ਦੇਖ ਰਹੇ ਸੀ ਇਹ ਮੈਟਲ ਦਾ ਸ਼ੋਰੂਮ ਆ, ਇਹ ਬਿਲਕੁਲ ਪੈਨੀਕਲ ਪਲਾਜ਼ਾ ਆਫਿਸ ਦੇ ਨਾਲ ਆ ਜੀ। ਇਸ ਤੋਂ ਇਲਾਵਾ ਅੱਗੇ ਚੱਲਦੇ ਹਾਂ ਔਰ ਦੇਖਦੇ ਹਾਂ ਹੋਰ ਕਿਹੜੇ ਕਿਹੜੇ ਬ੍ਰਾਂਡ ਦੇ ਸ਼ੋਰੂਮ ਪੈਨੀਕਲ ਪਲਾਜ਼ਾ ਦੇ ਵਿੱਚ ਓਪਨ ਹੋ ਗਏ ਆ। ਸੋ ਇਹ ਇੱਕ ਦੇਖਦੇ ਹਾਂ ਜੀ, ਸਾਹਮਣੇ W ਦਾ ਸ਼ੋਰੂਮ ਆ, W ਦੇ ਨਾਲ ਹੀ 11 ਦਾ ਸ਼ੋਰੂਮ, 11 ਦੇ ਨਾਲ ਔਰੇਲੀਆ ਦਾ ਜੀ ਸ਼ੋਰੂਮ, 3 ਸ਼ੋਰੂਮ ਬਿਲਕੁਲ ਇਕੱਠੇ ਨਾਲ ਨਾਲ ਓਪਨ ਹੋ ਚੁੱਕੇ ਹਨ। ਸਾਹਮਣੇ ਬਿਲਕੁਲ ਫੂਡ ਕੋਰਟ ਦੀ ਓਪਨਿੰਗ ਹੋ ਰਹੀ ਆ। ਹੁਣ ਆਪਾਂ ਚੱਲਦੇ ਹਾਂ ਜੀ ਕਨੋਕਆਊਟ। ਕਨੋਕਆਊਟ ਦੇ ਵਿੱਚ ਜੀ ਤੁਹਾਨੂੰ ਸਾਰੇ ਤਰ੍ਹਾਂ ਦੇ ਬ੍ਰਾਂਡਸ ਅਵੇਲੇਬਲ ਮਿਲਣਗੇ, ਇਹ ਵੀ ਇੱਕ ਹੀ ਛੱਤ ਦੇ ਹੇਠਾਂ ਤੁਸੀਂ ਹਰੇਕ ਪ੍ਰਕਾਰ ਦੀ ਅਸੈਸਰੀ ਜਿਹੜੀ ਆ ਉਹ ਖਰੀਦ ਸਕਦੇ ਹੋ। ਚਾਹੇ ਉਹ ਕੱਪੜਾ ਹੈ, ਚਾਹੇ ਸ਼ੂਜ਼ ਆ, ਚਾਹੇ ਬੈਲਟ ਆ, ਚਾਹੇ ਸੌਕਸ ਆ, ਕਿਸੇ ਵੀ ਤਰ੍ਹਾਂ ਦੀ ਤੁਸੀਂ ਆਪਣੀ ਨੀਡਸ ਨੂੰ ਇੱਕੋ ਛੱਤ ਦੇ ਹੇਠਾਂ ਪੂਰਾ ਕਰ ਸਕਦੇ ਹੋ। ਤੁਹਾਨੂੰ ਅਲੱਗ ਅਲੱਗ ਤਰ੍ਹਾਂ ਦੇ ਬ੍ਰਾਂਡਸ ਇੱਕੋ ਛੱਤ ਦੇ ਹੇਠਾਂ, ਯਾਨੀ ਇੱਕ ਸ਼ੋਰੂਮ ਦੇ ਵਿੱਚ ਤੁਹਾਨੂੰ ਹਰੇਕ ਤਰ੍ਹਾਂ ਦੇ ਬ੍ਰਾਂਡ ਅਵੇਲੇਬਲ ਮਿਲਣਗੇ। ਇਹ ਕਾਫੀ ਜ਼ਿਆਦਾ ਵੱਡਾ ਜੀ, ਇੱਥੇ ਤੁਸੀਂ ਆ ਕੇ ਜ਼ਰੂਰ ਵਿਜ਼ਿਟ ਕਰੋ, ਤੁਹਾਨੂੰ ਤੁਹਾਡੀਆਂ ਜ਼ਰੂਰਤ ਦੀਆਂ ਚੀਜ਼ਾਂ ਇੱਥੋਂ ਜ਼ਰੂਰ ਮਿਲਣਗੀਆਂ। ਦੇਖੋ ਇੱਕ ਪਾਸੇ ਜੈਂਟਸ ਸੈਕਸ਼ਨ ਆ ਔਰ ਦੂਸਰੇ ਪਾਸੇ ਲੇਡੀਜ਼ ਸੈਕਸ਼ਨ ਆ। ਜੌਕੀ ਦੇ ਸ਼ੋਰੂਮ ਦੇ ਵਿੱਚੋਂ ਮੇਰੇ ਦੋਸਤਾਂ ਨੂੰ ਕੁਛ ਕੱਪੜੇ ਪਸੰਦ ਆਏ, ਟੀ ਸ਼ਰਟ ਵਗੈਰਾ ਲੈਣੀਆਂ ਸੀ ਅਸੀਂ, ਉਹ ਅਸੀਂ ਪਰਚੇਜ਼ ਕਰ ਲਈਆਂ ਵਾ। ਸੋ ਹੋਰ ਕੁਛ ਸਮਾਨ ਮੇਰੇ ਦੋਸਤਾਂ ਨੇ ਪਰਚੇਜ਼ ਕਰ ਲਿਆ ਵਾ। ਸੋ ਬਿੱਲ ਪੇਮੈਂਟ ਕਰਨ ਤੋਂ ਬਾਅਦ ਅਸੀਂ ਚੱਲਦੇ ਹਾਂ ਬਾਹਰ KFC ਦੀ ਔਰ KFC 'ਚ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਉੱਥੋਂ ਦਾ ਸੈੱਟ। ਅਗਰ ਤੁਸੀਂ ਵੈੱਜ ਖਾਣ ਦੇ ਸ਼ੌਕੀਨ ਹੋ ਤਾਂ ਤੁਸੀਂ ਬਰਗਰ ਕਿੰਗ ਵਿਜ਼ਿਟ ਕਰ ਸਕਦੇ ਹੋ, ਅਗਰ ਤੁਸੀਂ ਨੌਨ ਵੈੱਜ ਖਾਣ ਦੇ ਸ਼ੌਕੀਨ ਹੋ ਤਾਂ ਤੁਸੀਂ KFC ਵਿਜ਼ਿਟ ਕਰ ਸਕਦੇ ਹੋ। KFC ਦੇ ਵਿੱਚ ਤਾਂ ਸਾਰਾ ਕੁਝ ਮਿਲਦਾ ਹੈ, ਤੁਹਾਨੂੰ ਸਾਰਿਆਂ ਨੂੰ ਪਤਾ, ਅਤੇ ਆਪਾਂ ਚੱਲਦੇ ਹਾਂ ਜੀ KFC। ਦੋਸਤਾਂ ਨੇ ਆਪੋ ਆਪਣੀ ਪਸੰਦ ਦਾ ਖਾਣਾ ਕਰਤਾ ਔਡਰ, ਅਤੇ ਔਡਰ ਹੋ ਗਿਆ ਸਾਡਾ ਡਨ। ਹੁਣ ਅਸੀਂ ਕਰਦੇ ਹਾਂ ਫੂਡ ਦੀ ਵੇਟ। KFC ਦੇ ਅੰਦਰ ਦਾ ਸੈਟ ਬਹੁਤ ਹੀ ਵਧੀਆ ਵਾ। ਸੋ ਇੱਥੇ ਤੁਹਾਨੂੰ ਡਰਾਈਵ ਥਰੂ ਦੇ ਦੁਆਰਾ ਵੀ ਫੂਡ ਅਵੇਲੇਬਲ ਹੋ ਜੂਗਾ ਜੀ। ਅਗਰ ਤੁਸੀਂ ਜਲਦੀ ਦੇ ਵਿੱਚੋਂ ਤਾਂ ਇੱਕ ਸਾਈਡ ਤੋਂ ਬਰਗਰ ਕਿੰਗ ਦੇ ਔਰ KFC ਦੇ ਦੋਨੋਂ ਸਾਈਡ ਦੇ ਡਰਾਈਵ ਥਰੂ ਦੀ ਆਪਸ਼ਨ ਆ, ਡਰਾਈਵ ਥਰੂ ਦੇ ਰਾਹੀਂ ਵੀ ਤੁਸੀਂ ਆਪਦਾ ਫੂਡ ਜਿਹੜਾ ਵਾ ਫੂਡ ਲੈ ਸਕਦੇ ਹੋ। ਸੋ ਇੱਥੇ ਜ਼ਰੂਰ ਵਿਜ਼ਿਟ ਕਰੋ ਅਗਰ ਤੁਸੀਂ ਫਰੀਦਕੋਟ ਦੇ ਹੋ ਜਾਂ ਫਿਰ ਆਸ ਪਾਸ ਏਰੀਏ ਦੇ।
चैनल ते नवे आए हो तो चैनल नु सब्सक्राइब करो, लाइक करो, शेयर करो। मिलते हैं नवी वीडियो दे, तब तक धन्यवाद।